ਜਿੱਥੇ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ, ਆਏ ਹੀ ਦਿਨ ਨਵੀਆਂ ਨਵੀਆਂ ਸਕੀਮਾਂ ਅਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ। ਇਸੇ ਲੜੀ ਤਹਿ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਚੁਣਿਆ ਗਿਆ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਸਰਕਾਰੀ ਤੌਰ 'ਤੇ ਉੱਚਾ ਚੁੱਕਿਆ ਜਾ ਸਕੇ। ਪਰ ਜਲਦੀ 'ਚ ਸ਼ੁਰੂ ਕੀਤੀ ਇਸ ਸਕੀਮ ਤਹਿਤ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਕੋਈ ਵੀ ਵਧੀਆ ਸਹੂਲਤ ਨਹੀਂ ਦੇ ਸਕੀ। ਪਰ ਦੂਜੇ ਪਾਸੇ ਸਕੂਲਾਂ ਦੇ ਹਾਲਾਤਾਂ ਤੋਂ ਨਾਖੁਸ਼ ਸਮਾਜ ਸੇਵਕ, ਪਿੰਡ ਵਾਸੀ ਅਤੇ NRI ਲੋਕਾਂ ਨੇ ਪਿੰਡ ਦੇ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਮਾਰਟ ਕਲਾਸਾਂ ਬਣਾਉਣ ਲਈ ਉਪਰਾਲਾ ਕੀਤਾ ਹੈ, ਜਿਸ ਦੇ ਤਹਿਤ ਫਰੀਦਕੋਟ ਦੇ ਪਿੰਡ ਚੰਦ ਬਾਜੇ 'ਚ ਬਣੇ ਸਰਕਾਰੀ ਸਕੂਲ 'ਚ ਪ੍ਰੀ ਪ੍ਰਾਇਮਰੀ ਕਲਾਸਾਂ ਨੂੰ ਸਮਾਰਟ ਕਲਾਸਾਂ ਬਣਾ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਨਵੇਂ ਬਣੇ ਕਲਾਸਰੂਮ 'ਚ ਬੱਚਿਆਂ ਲਈ ਨਵੇਂ ਬੈਂਚ, ਸਮਾਰਟ LED, ਜਿਸ ਦਾ ਉੱਚੇ ਤੌਰ 'ਤੇ ਰਸਮੀ ਸ਼ੁਰੂਆਤ ਹਲਕੇ ਦੇ MLA ਕੁਲਵੰਤ ਸਿੰਘ ਸੰਧਵਾ ਨੇ ਕੀਤੀ। ਮਾਡਲ ਚੰਦ ਬਾਜਾ ਇੱਕ ਮਾਡਲ ਬਣ ਕੇ ਉੱਗਿਆ, ਪਹਿਲਾਂ ਕੈਂਸਰ ਦੀ ਲੜਾਈ ਦੇ ਵਿੱਚ ਚੰਦ ਬਾਜਾ ਪਿੰਡ ਇੱਕ ਮਾਡਲ ਬਣ ਕੇ ਅੱਗੇ ਆਇਆ ਸੀ, ਹੁਣ ਐਜੂਕੇਸ਼ਨ ਜਿਹੜੀ ਸਾਡੀ ਪ੍ਰਾਈਵੇਟ ਐਜੂਕੇਸ਼ਨ ਨੂੰ ਤਕੜਾ ਕਰਨ ਵਾਸਤੇ, ਸਾਡੇ ਸਮਾਜ ਨੂੰ ਤਕੜਾ ਕਰਨ ਵਾਸਤੇ ਇੱਕ ਮਾਡਲ ਐਜੂਕੇਸ਼ਨ ਹੱਬ ਦੇ ਤੌਰ 'ਤੇ ਨਿਕਲੇਗਾ ਜੀ। ਇੱਥੇ ਬੜਾ ਵਧੀਆ ਐਂਬੀਅੰਸ ਹੈ, ਇੱਥੇ ਬਹੁਤ ਵਧੀਆ, ਇੱਥੇ ਤੁਹਾਡੇ ਜਿਹੜਾ LCD ਲਾਈ ਗਈ ਹੈ, ਬੱਚਿਆਂ ਨੂੰ ਪੜ੍ਹਨ 'ਚ ਮਜ਼ਾ ਆਉਂਦਾ, ਅੱਜ ਕੱਲ੍ਹ ਬੱਚੇ ਕਾਰਟੂਨ ਬੜੇ ਪਸੰਦ ਕਰਦੇ ਨੇ, ਉਸ ਤਰ੍ਹਾਂ ਦਾ ਮਤਲਬ ਹਰੇਕ ਤਰ੍ਹਾਂ ਦੀ ਮਾਡਰਨ ਟੈਕਨੀਕ ਜਿਹੜੀ ਅਮਰੀਕਾ ਦੇ ਸਕੂਲਾਂ 'ਚ ਵਰਤੀ ਜਾਂਦੀ ਹੈ ਉਹ ਟੈਕਨੀਕ ਅੱਜ ਇੱਥੇ ਚੰਦ ਬਾਜਾ ਦੇ ਸਕੂਲ ਦੇ ਵਿੱਚ ਪਿੰਡ ਦੇ ਲੋਕਾਂ ਕਰਕੇ, ਇੱਥੋਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦ ਬਾਜਾ ਦੇ ਉਦਮ ਕਰਕੇ ਇਹ ਹੋਈ ਹੈ ਔਰ ਬਹੁਤ ਵੱਡੀ ਗੱਲ ਹੈ। ਇਸ ਮੌਕੇ ਪ੍ਰਾਇਮਰੀ ਸਿੱਖਿਆ ਅਫਸਰ ਧਰਮਵੀਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਵੱਲੋਂ ਵਧੀਆ ਹੀ ਉਪਰਾਲਾ ਕੀਤਾ ਗਿਆ, ਜਿਸ ਨਾਲ ਸਰਕਾਰੀ ਸਕੂਲਾਂ 'ਚ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਵਿਸਤਾਰ ਵੱਡੇ ਪੱਧਰ 'ਤੇ ਚੱਲੇਗਾ। ਉਹਨਾਂ ਨੇ ਕਿਹਾ ਕਿ ਹੋਰਨਾਂ ਪਿੰਡਾਂ ਦੇ ਸਕੂਲਾਂ 'ਚ ਵੀ ਸਮਾਜ ਸੇਵਕ ਲੋਕਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਪਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਦਾਨੀ ਸੱਜਣਾਂ ਦੇ ਨਾਲ, ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਅਧਿਆਪਕਾਂ ਨੇ ਪੱਲੋਂ ਪੈਸੇ ਪਾ ਕੇ ਇਹ ਪ੍ਰੀ ਪ੍ਰਾਇਮਰੀ ਸਕੂਲ ਵਾਸਤੇ ਜਿਹੜਾ ਹੈਗਾ ਇਹ ਕਲਾਸਰੂਮ ਤਿਆਰ ਕੀਤਾ ਗਿਆ, ਜਿਹਦੇ ਵਿੱਚ ਲਗਭਗ 1,25,000 ਰੁਪਇਆ ਖਰਚਾ ਆਇਆ ਔਰ ਇਹਦੇ ਵਿੱਚ ਬੱਚਿਆਂ ਦੇ ਜਿਹੜੇ ਹੈਗੇ ਕਿ LED ਵਗੈਰਾ ਦਾਨੀ ਸੱਜਣਾਂ ਨੇ ਦਾਨ ਕੀਤੀ ਹੈਗੀ ਆ ਔਰ ਕੁਆਲਿਟੀ ਐਜੂਕੇਸ਼ਨ ਦੇਣ ਦੇ ਲਈ ਇਹ ਉਪਰਾਲਾ ਕੀਤਾ ਗਿਆ। ਫਰੀਦਕੋਟ ਤੋਂ ਜਗਤਾਰ ਦੋਸਾਂਝ, GBA ਪੰਜਾਬ TV।